छोटा ट्रैक्टर कढ़िया छोटे जिमीदारा वास्ते खास तौर ते छोटे जिमीदार जेहड़े कोई 2-4-5 किले वास्ते उन्हां कोल वड्डा ट्रैक्टर दी पहुंच तों बाहर है एक ते छोटा जिमीदार वास्ते बेस्ट है दूजा है ट्रैक्टर वड्डे जिमीदार वास्ते भी बेस्ट है अज 85 दे टायर पवाने पै जाण ते तुहानूं पता ही है 2 मझां वेचणियां पैंदियां ने यह टायर छोटे ट्रैक्टर छोटा साफ गल है पावर छोटी होवे दी ते उसके बावजूद फिर तेल भी घट पीवेगा यह समझ लो 70 मोटरसाइकिल बन गया ते हर जिमीदार इन प्रैफर करेगा इन्हें मगर 10-12 फुट ट्रैली पाई जाए जैक वाली निका मोटा छलियां ढोनिया उस तो बाद जनाब ज्यादातर तेल की प्रॉब्लम बड़ी है पंप तो तेल लेना पैंदा एजेंसियां तो तेल एक नंबर नहीं मिलता यह ट्रैक्टर जिस तरीके पाकिस्तान की आल्टो गड्डी है ना जी जिस बंदे को भी वड्डी गड्डी और कोई छोटी गड्डी जरूर है यह ट्रैक्टर भी मेरे हिसाब किताब नाल कामयाब होवेगा छोटे ट्रैक्टर होने वास्ते ਤੇ ਇਹ ਹਰ ਜ਼ਿਮੀਦਾਰ ਇਹਨੂੰ ਲੈਣ ਦੀ ਕੋਸ਼ਿਸ਼ ਕਰੇਗਾ ਅਗਰ ਕੋਈ ਮਾਲ ਹੋਇਆ ਤੇ ਬਾਕੀ ਮਾਲ ਤੇ ਹੁੰਦਾ ਅੱਛਾ ਬਾਗਾਂ ਵਾਸਤੇ ਬਾਕੀ ਉਹਨਾਂ ਨੇ ਬਣਾਇਆ ਵੀ ਬਾਗਾਂ ਵਿੱਚ ਲਾ ਸਕਦੇ ਹੋ ਔਰ ਟਰਾਲੀ ਛੋਟੀ ਮੋਟੀ ਪਾ ਸਕਦੇ ਹੋ ਤੇ ਮਗਰ ਟਿਊਬਲ ਤੇ ਲਾ ਸਕਦੇ ਹੋ ਹਾਂਜੀ ਬਾਗਾਂ ਦੀ ਐਡੀ ਪ੍ਰੋਬਲਮ ਕੋਈ ਨਹੀਂ ਬਾਗਾਂ ਵਾਸਤੇ 240 ਦੇ ਵੀ ਮਗਰਾਟ ਲਾਏ ਜਾਣ ਨਾਲ ਤੇ ਉਹ ਵੀ ਵਾ ਸਕਦਾ ਕੋਈ ਬਾਗ ਐਡੇ ਥੋੜੇ ਨਹੀਂ ਹੁੰਦੇ ਗੱਲ ਕਰਦਾ ਮਕਸਦ ਹੈ ਛੋਟੀ ਚੀਜ਼ ਹੈ ਕੰਮ ਖਰਚਾ ਹੈ ਸਹੀ ਕੰਮ ਖਰਚਾ ਤੇ ਛੋਟੇ ਕੰਮਾਂ ਵਾਸਤੇ ਬਿਹਤਰੀਨ ਹੈ ਜ਼ਰੂਰੀ ਨਹੀਂ ਹੈ ਬਾਗਾਂ ਵਾਲੇ ਲੈਣ ਦੇ ਹਾਸ ਪਾਵਰ ਕਿੰਨਾ ਜੀ ਇਹਦਾ जिवें दिल घमाटू मारी रखो इंजन कामयाब रहो हां जी लम्बे रूट वाली गड्डी नहीं बिलाल पाई गड्डी है छोटे रूट वाली लम्बे पाने वास्ते वड्डे हाथी है 85 ਜਿਹੜੇ ਅੱਲਾ ਦੇ ਹੁਕਮ ਨਾਲ ਪੂਰੇ ਪਾਕਿਸਤਾਨ ਦੇ ਵਿੱਚ ਨਾ ਕੋਈ ਜੰਮਿਆ ਉਹਨਾਂ ਦਾ ਮੁਕਾਬਲਾ ਕਰਨ ਵਾਲਾ ਤੇ ਨਾ ਹੀ ਅਜੇ ਤੱਕ ਹੈ ਇਸ ਟਾਈਮ ਪਾਕਿਸਤਾਨ ਦਾ ਇੱਕ ਨੰਬਰ ਟਰੈਕਟਰ ਫਿਲਹਾਲ ਮੌਕੇ ਤੇ ਮਿਲੇ ਤੇ ਸਹੀ ਕੱਲ ਦਾ ਕੋਈ ਨਵਾਂ ਆ ਜਾਵੇ ਪਤਾ ਨਹੀਂ ਠੀਕ ਹੋ ਗਿਆ ਜੀ ਬਾਕੀ ਹੁਣ ਪਜਵਾਹ ਸਾਹਿਬ ਇਹਨਾਂ ਨੂੰ ਪੁੱਛਦੇ ਆ ਉਹ ਟੈਕਨੀਕਲ ਸਵਾਲ ਇਹਨਾਂ ਨਾਲ ਕਰਦੇ ਆ ਕਿ ਕੀ ਟਰੈਕਟਰ ਦੇ ਬਾਰੇ ਦੱਸਦੇ ਆ ਔਰ ਇਹ ਟਰੈਕਟਰ ਪਹਿਲਾ ਟਰੈਕਟਰ ਸਾਹੀਵਾਲ ਦੇ ਵਿੱਚ ਆਇਆ ਜੀ 235 ਲਾਂਚ ਹੋਇਆ 20,40,000 ਦੀ ਕੀਮਤ ਹੈ ਤੇ ਪਹਿਲਾ ਟਰੈਕਟਰ ਸਾਹੀਵਾਲ ਦੇ ਵਿੱਚ ਆਇਆ ਔਰ ਜ਼ਿਮੀਦਾਰ ਨੇ ਲਿਆ ਬਾਕੀ ਚੌਰੀ ਵਾਸ ਸਾਹਿਬ ਨੇ ਇਹਦੇ ਬਾਰੇ ਪੁੱਛਦੇ ਤੁਸੀਂ ਬੈਠੇ ਰਹਿਣਾ ਸੋਹੀ ਚੌਰ ਸਾਹਿਬ ਇੱਧਰ ਆਓ ਮੈਂ ਕੱਲ ਪੈਰ ਰੱਖੂਗਾ ਨਾ ਉਸ ਤੋਂ ਉੱਥੇ ਸਟਾਰਟ ਕਰ ਦੇ ਥੋੜਾ ਜਿਹਾ ਉਹ ਲੋ ਸੂਰਜ ਦੇ ਸਾਹ ਲੈ ਲੈਂਦੇ ਇੱਥੇ ਆ ਜਾ ਇੱਧਰ ਹੀ ਆ ਜਾ ਥੋੜਾ ਇੱਧਰ ਥੋੜਾ ਜਿਹਾ ਖੁੱਲ ਕੇ ਉੱਪਰ ਬਿਠਾ ਦਿਓ ਨਹੀਂ ਦੋਸਤੋ ਚੌਰੀ ਵਾਸ ਸਾਹਿਬ ਹੈ ਜੀ ਸਾਡੇ ਨਾਲ ਤੇ 235 ਟਰੈਕਟਰ ਜਿਹੜਾ 2023 ਮਾਡਲ ਤੁਹਾਡੇ ਸਾਹਮਣੇ ਹੈ ਉਹਦੇ ਬਾਰੇ ਦੱਸਣਗੇ ਇਹ ਵਾਹ ਦੱਸੋ ਕਿ ਟਰੈਕਟਰ ਜਿਹੜਾ ਇਹ 235 ਕਾਹਦੇ ਵਾਸਤੇ ਆਇਆ ਔਰ ਕੀ ਜ਼ਰੂਰਤ ਪੈ ਗਈ ਔਰ ਇਹ ਕਿਸ ਤਰ੍ਹਾਂ ਟਰੈਕਟਰ ਆਇਆ ਜੀ ਆਪਣੇ ਜੀ ਬਲਾਲ ਭਾਈ ਇਹ ਆਪਣਾ ਦੋਸਤ ਹੈ ਜੀ ਉਹਨਾਂ ਨੇ ਲਿਆ ਜੀ ਜੱਟ ਇਹ ਤੇ ਆਪਣੀ ਥੋੜੀ ਜਿਹੀ ਪਾਰਟੀ ਸੀ ਜਰਾ ਤੇ ਮੈਂ ਕਿਹਾ ਚਲੋ ਆਪਾਂ ਇਹ ਦੋਸਤਾਂ ਨਾਲ ਸ਼ੇਅਰ ਕਰ ਦਿੰਦੇ ਆ ਜੀ ਸਹੀ ਪਾਰਟੀ ਦੇ ਬਾਰੇ ਦੱਸ ਦਿਓ ਪਾਰਟੀ ਕਾਹਦੀ ਹੋ ਰਹੀ ਹੈ ਪਾਰਟੀ ਆਪਣੇ ਸਾਰੇ ਯੂਟਿਊਬਰ ਭਰਾਵਾਂ ਦੀ ਸੀਗੀ ਇਹ ਸਹੀ ਯੂਨੀਅਨ ਯੂਨੀਅਨ ਇਕੱਠੀ ਹੋਈ ਹੈ ਹਾਂ ਜੀ ਸਾਰੇ ਇਕੱਠੇ ਹੋਏ ਆ ਜੀ ਠੀਕ ਹੈ ਜੀ ਤੇ ਇਹ ਟਰੈਕਟਰ ਬਣਾਇਆ ਜੀ ਮਿਲਤ ਨੇ 235 ਜੀ ਸਹੀ 50 ਹਸਪਾਵਾ ਦਾ ਟਰੈਕਟਰ ਜੀ ਇਹ ਉਹਨਾਂ ਨੇ ਬਣਾਇਆ ਵਾ ਛੋਟੇ ਜ਼ਿਮੀਦਾਰ ਵਾਸਤੇ ਜਿਸ ਤਰ੍ਹਾਂ ਕਿ ਆਪਣੇ ਬਾਗਾਂ ਵਾਸਤੇ ਠੀਕ ਹੈ ਜੀ ਮਨਵਰ ਭਾਈ ਨੇ ਪੱਠੇ ਲਾਏ ਆ 2-3 ਤੇ ਮਨਵਰ ਭਾਈ ਪੱਠੇ ਦੇ ਵਿੱਚੋਂ ਇੱਟਾਂ ਜਿਹੜੀਆਂ ਆ ਗਈਆਂ ਉਹ ਬਜਾਏ ਕਿ ਦੂਜਿਆਂ ਦਾ ਕੱਢਦੇ ਤੇ ਮਗਰ 40-12 ਫੁੱਟ ਤੇ ਇਹਦੇ ਨਾਲ ਇੱਟਾਂ ਕੱਢ ਕੇ ਬਾਹਰ ਲੈ ਕੇ ਜਾਣ ਠੀਕ ਹੈ ਜੀ ਖੱਚਰ ਦੀ ਜਾਨ ਛੱਡ ਜੀ ਹਾਂਜੀ ਉਹ ਖੱਚਰਾਂ ਦੀ ਛੋਟੇ ਮਾਦਵਾਂ ਦੀ ਜਾਨ ਛੱਡ ਜੂਗੀ ਠੀਕ ਹੋ ਗਿਆ ਉਸ ਤੋਂ ਇਲਾਵਾ ਜੀ ਬਾਗ ਦੇ ਵਿੱਚ ਇਹਨਾਂ ਸਪਰੇਅ ਤੁਸੀਂ ਕਰ ਸਕਦੇ ਆ ਟਰੈਕਟਰ ਦੇ ਉੱਪਰ ਤੁਸੀਂ ਟਿਊਬਰ ਇਹਨਾਂ ਚਲਾ ਸਕਦੇ ਆ ਸਹੀ ਠੀਕ ਹੈ ਜੀ ਬਾਕੀ ਜਿਸ ਤਰ੍ਹਾਂ ਵੱਡੇ ਜ਼ਿਮੀਦਾਰ ਜਿਹੜੇ ਆ ਕਿ ਉਹਨਾਂ ਦੇ ਖਾਦ ਲੈ ਕੇ ਆਉਣੀ ਥੋੜੀ ਬਹੁਤੀ ਫਸਲ ਦੇ ਵਿੱਚ ਸਿੰਡੀਆਂ ਰਾਤ ਨੂੰ ਰਾਤ ਨੂੰ ਨਹਿਰ ਦੀਆਂ ਵਾਰੀਆਂ ਹੁੰਦੀਆਂ ਵਾ ਤੇ ਟਰੈਕਟਰ ਜਿਹੜਾ ਕਿ 40-45 ਲੱਖ ਦਾ ਸਾਰੀ ਰਾਤ ਬਾਹਰ ਖੜਾ ਰਹਿੰਦਾ ਕੋਈ ਇੱਕ ਥੋੜੇ ਕੀਮਤ ਦੇ ਵਿੱਚ ਲੈ ਕੇ ਬੰਦਾ ਇਹ ਜੈਵਨ ਦੇ ਦਿੰਦਾ ਲਓ ਜੀ ਖਾਦ ਵੀ ਇਹਦੇ ਉੱਤੇ ਸਿੱਟੋ ਡੀਜ਼ਲ ਵੀ ਇਹਤੇ ਲੈ ਕੇ ਆਓ ਲੇਬਰ ਵੀ ਲੈ ਕੇ ਆ ਜਾਓ ਛੋਟੇ ਮੋਟੇ ਕੰਮ ਯਾਨੀ ਕਿ ਨੌ ਫਾਲਾ ਇਹ ਹਲ ਖਿੱਚੇਗਾ ਜੀ ਨੌ ਫਾਲਾ ਜਿਹੜਾ ਵਾ ਤੇ ਆਪਣਾ ਬਾਕੀ 36 ਕਟਰ ਦਾ ਰੂਟਾ ਬੈਠੇ ਕਿਹੜੇਗਾ ਜੀ ਇਹ ਟਰਬਾਈਨ ਜਿਹੜੀ ਹੈਗੀ ਉਹ ਤੁਹਾਡੀ ਜਿੱਦੇ 240 ਗੇਅਰ ਦਾ ਹੋ ਗੇੜੇਗਾ ਕਿਉਂਕਿ ਇਹਦਾ ਇੰਜਨ ਸੇਮ ਆ ਗੇਅਰ ਸੇਮ ਆ ਪੀਟੋ ਸ਼ਾਵਰ ਬਾਕੀ ਇਹਨਾਂ ਨੇ ਜਿਹੜਾ ਡੀਜ਼ਲ ਦੀ ਆਪਾਂ ਕਹਿੰਦੇ ਨਾ ਖਪਤ ਘਟੀ ਹੈ ਵੀ ਯਾਨੀ ਕਿ ਡੀਜ਼ਲ ਘੱਟ ਹੋਏਗਾ ਇਹ ਡੀਜ਼ਲ ਪੰਪ ਤੋਂ ਇਹਦੀ ਐਡਜਸਟਮੈਂਟ ਹੋਈ ਹੈ ਕਿ ਡੀਜ਼ਲ ਇਹ ਬਹੁਤ ਘੱਟ ਪੀਏਗਾ ਟਰੈਕਟਰ ਇੱਕ ਟਾਇਰਾਂ ਦਾ ਸਾਈਜ਼ ਛੋਟਾ ਹੈ ਇਹਦਾ ਪਿੱਛੇ
ਜਿੱਦਾਂ ਆਪਾਂ ਕਹਿ ਦਿੱਤਾ ਵੀ ਕਿਸੇ ਵੀ ਚੀਜ਼ ਨੂੰ ਆਪਾਂ ਉਹਦੇ ਟਾਇਰ ਛੋਟਾ ਕਰ ਲਈਏ ਤੇ ਡੀਜ਼ਲ ਦੀ ਆਵੇ ਘਟਣੀ ਸ਼ੁਰੂ ਹੋ ਜਾਂਦੀ ਹੈ, ਜ਼ਿਆਦਾ ਹੋਏਗਾ ਤੇ 8 ਇੰਚ ਤੇ ਲੋਡ ਪਏਗਾ ਉੱਥੇ ਉਹਦਾ ਜ਼ਿਆਦਾ ਖਰਚਾ ਹੋ ਜਾਏਗਾ। ਇਹ ਕੰਪਨੀ ਨੇ ਇਸ ਵਾਸਤੇ ਤਿਆਰ ਕੀਤਾ ਹੋਇਆ, ਤਕਰੀਬਨ ਸਾਹੀਵਾਲ ਦੇ ਵਿੱਚ ਦੋ ਹੈਗਾ ਆ ਜੀ ਇਹ, ਠੀਕ ਹੈ ਜੀ। ਇੱਕ ਨੇ ਬਾਗਾਂ ਲੈ ਲਿਆ ਵਾ, ਇੱਕ ਜ਼ਿਮੀਂਦਾਰ ਨੇ ਲਿਆ ਵਾ। ਜਿੱਦਾਂ ਹੁਣ ਆ ਮਾਰਕੀ ਦੇ ਵਿੱਚ ਆਪਾਂ ਜਿੱਥੇ ਆਏ ਆ, ਇਹਨਾਂ ਨੇ ਵੀ ਆਪਦਾ ਸਮਾਨ ਲਿਆਉਂਦੇ ਆ, ਅੱਗੇ ਪਿੱਛੋਂ ਜਦੋਂ ਵੀ ਕਿਤੇ ਕਰਦੇ ਆ ਪਕਾਉਂਦੇ ਲਿਆਦਾ ਕਿਤੇ, ਇਹਨਾਂ ਨੇ ਵੀ ਮਗਰ ਟਰਾਲੀਆਂ ਪਾਈਆਂ ਛੋਟੀਆਂ ਛੋਟੀਆਂ ਪਾ ਕੇ ਤੇ ਆਪਦਾ ਕੰਮ ਕਰਦੇ ਆ ਇਹਦੇ ਨਾਲ। ਯਾਨੀ ਕਿ ਖਾਸ ਤੌਰ ਤੇ ਛੋਟੇ ਕੰਮਾਂ ਵਾਸਤੇ ਆ, ਛੋਟੇ ਜ਼ਿਮੀਂਦਾਰ ਵਾਸਤੇ ਬਣਾਇਆ ਵਾ, ਲੇਕਿਨ ਆਪਾਂ ਇਹ ਬਹੁਤ ਕੰਮ ਲੈ ਸਕਦੇ। 240 ਵਾਲਾ ਜਾਂ 50 ਪਾਵਰ? ਹਾਂਜੀ, ਇੰਜਨ 240 ਵਾਲਾ ਸੇਮ ਉਹ ਹੀ ਇੰਜਨ ਵਾ ਜੀ। ਹਾਂਜੀ, ਲੇਕਿਨ ਇਹਦੇ ਵਿੱਚ ਇਹ ਹੈ ਵੀ ਡੀਜ਼ਲ ਪੰਪ ਹੋ ਗਿਆ ਇਹਦਾ, ਬਾਕੀ ਇਹਨਾਂ ਦੇ ਕੋਈ ਗੇਰਾਂ ਦੇ ਵਿੱਚ ਕੋਈ ਕੀਤੀ ਚੇਂਜਿੰਗ ਉਹਦੀ ਬਹੁਤੀ, ਜਿਹੜੀ ਵੀ ਕੀਤੀ ਉਹ ਆਪਾਂ ਨੂੰ ਹੁਣ ਬਾਹਰੋਂ ਤਾਂ ਆਪਾਂ ਨਹੀਂ ਨਜ਼ਰ ਆ ਸਕਦੇ, ਲੇਕਿਨ ਕੰਪਨੀ ਦੇ ਕਹਿਣ ਦੇ ਉੱਤੇ ਕੰਪਨੀ ਕਹਿੰਦੀ ਹੈ 50 ਹਸਪਤਾਲ ਦੇ ਟੈਸਟ ਹੈ। ਟਾਇਰ ਛੋਟਾ ਕਰਨ ਨਾਲ ਖਰਚਾ ਵਧੇਗਾ ਵੀ ਘਟੇਗਾ? ਨਹੀਂ ਘਟੇਗਾ ਖਰਚਾ, ਸਾਰੇ ਦੋਸਤਾਂ ਨੂੰ ਪਤਾ ਹੋਵੇ ਵੀ ਜਿੱਦਾਂ ਵੀ ਟਾਇਰ ਨੂੰ ਤੁਸੀਂ ਹੈਵੀ ਕਰਦੇ ਜਾਂਦੇ ਹੋ ਤਾਂ ਉਹਦਾ ਖਰਚਾ ਵੱਧਦਾ ਜਾਂਦਾ ਵਾ, ਲੋਡ ਟੈਸਟ ਤੇ ਪੈਂਦਾ ਜਾਂਦਾ ਵਾ, ਠੀਕ ਹੈ ਜੀ। ਇਹਦੇ ਉੱਪਰ ਨਾ ਟੈਸਟ ਤੇ ਲੋਡ ਪਏਗਾ ਇਹਦੇ ਉੱਪਰ, ਜਿੱਦਾਂ ਹੁਣ ਚੇਅਰਮੈਨ ਸਾਹਿਬ ਨੇ ਘੁਮਾਇਆ ਜੀ, ਉਹ ਆਪ ਹੀ ਦੱਸਦੇ ਕਿ ਦੂਸਰੇ ਦੇ ਵਿੱਚ ਇਹਨੂੰ ਘੁਮਾਇਆ ਜੀ, ਜਾਂ ਪੱਕੇ ਦੇ ਉੱਪਰ ਘੰਮਿਆ ਨਾ ਵਾ, ਕੱਚੇ ਦੇ ਉੱਪਰ ਜਾ ਕੇ ਥੋੜਾ ਜਿਹਾ ਹੁੰਦਾ 40 ਨਾਲ ਬ੍ਰੇਕ। ਹਾਂਜੀ, ਬ੍ਰੇਕ ਵੀ ਅੱਛੀ ਹੈ ਜੀ, ਬਾਕੀ ਹਿਡਾਲਕ ਸਿਸਟਮ ਉਹੀ ਹੈ, ਜਿੰਨਾ ਵਜ਼ਨ ਜਿਹੜਾ ਹੈਗਾ MF 240 ਚੁੱਕਦਾ ਵਾ ਉਹਨਾਂ ਹੀ ਵਜ਼ਨ ਵੀ ਚੱਕੇਗਾ। ਇਹ ਤਾਂ ਟੋਰਾ ਕਿਸ ਤਰ੍ਹਾਂ 40 ਜਿੰਨਾ ਹੈਗਾ ਘੱਟ? ਹਾਂਜੀ, ਤਾਂ 40 ਦਾ ਟੋਰਾ 40 ਜਿੰਨਾ ਹੀ ਹੋਏਗਾ ਇਹਦਾ, ਟਾਇਰ ਛੋਟੇ ਹਨ ਨਾ। ਹਾਂਜੀ, ਲੇਕਿਨ ਉਹ ਅੰਦਰ ਚੇਂਜ ਕਰਤੀ ਨਾ ਉਹਦੀ, ਬਾਕੀ ਜਿਹੜਾ ਚੱਕਰ ਅੰਦਰ ਵਧਾਤੇ। ਹਾਂਜੀ, ਬਾਕੀ ਜਿਹੜਾ ਹੈ ਨਾ ਜੀ ਇਹ ਲਾਗ ਆਇਆ ਇਹਨਾਂ ਦੇ ਜੀ, ਸਹੀ ਆ ਲੈਂਪ ਲਾਤੇ ਜੀ ਬਾਹਰੀ ਸਾਈਡ ਤੇ। ਚੇਅਰਮੈਨ ਸਾਹਿਬ ਚਲਾ ਕੇ ਦਿਖਾਓ ਜਰਾ ਦੋਨੇ ਹੀ, ਚੱਲ ਗਏ ਆ ਜੀ। ਜੁੱਤੀ ਖਜੜੋ ਇਧਰ ਆ, ਮੈਂ ਤੁਹਾਨੂੰ ਗੱਲ ਸਮਝਾਉਣਾ ਟਰੈਕਟਰ ਕੀ ਸ਼ਾਇ ਪਿੱਛੇ ਕੀ ਅੱਗੇ ਆ ਉਹ। ਬਾਕੀ ਇਹਦਾ ਡੈਸ਼ਬੋਰਡ ਜਿਹੜਾ ਉਹ ਦੇਖ ਸਕਦੇ ਆ, 2024 ਦਾ ਮਾਡਲ ਇਹ ਹੈ ਆਪਣਾ। ਹਾਂਜੀ, ਬਾਕੀ ਡੈਸ਼ਬੋਰਡ ਉਹੀ ਹੈ, ਸਕਰੀਨ ਵੀ ਨਾਲ ਹੈ ਆਪਣਾ 24 ਮਾਡਲ। ਤੇ ਆ ਪਾਈਲਾਂ ਜਿਹੜੇ ਇਹਦੇ ਹੈਗੇ 240 ਦੇ ਨਾਲ ਥੋੜੇ ਜਿਹਾ ਖੁੱਲੇ ਕੀਤੇ ਹੋਏ। ਬਾਕੀ ਟਰੈਕਟਰ ਛੋਟਾ, ਡਰਾਈਵਰ ਵੱਡਾ, ਜ਼ਿਆਦਤੀ ਤੇ ਨਹੀਂ? ਹਾਂ ਇਹ ਗੱਲ ਵੇਖੋ ਨਾ ਜੀ, ਟਾਇਰ ਥੱਲੇ ਲਿਫੇ ਨਹੀਂ, ਉਹ ਲਿਫ ਜਾਂਦੇ ਤੇ ਜ਼ਿਆਦਤੀ ਸੀਗੀ ਨਾ ਜੀ, ਲੇਕਿਨ ਫਿਲਹਾਲ ਹਲੇ ਤੇ ਉੱਥੇ ਦੇ ਉੱਥੇ ਸੀਲ ਦੀ ਕੋਈ ਗਰੰਟੀ ਨਹੀਂ ਜੀ। ਹਾਂਜੀ, ਬਲਾਲ ਭਾਈ ਜਿਸ ਤਰੀਕੇ ਸ਼ਾਹ ਆਪਣਾ ਜਿਹੜੇ ਲੋਡਰ ਰੱਖੇ ਨਾ ਜੀ, ਉਹਨਾਂ ਨੇ ਫੇਲ ਕਰ ਦਿੱਤੇ ਨੇ ਸ਼ਾਹ ਦੋ ਡਾਲੇ। ਹਾਂਜੀ, ਰਕਸ਼ੇ ਨੇ ਸ਼ਾਹਦੌਰ ਡਾਲੇ ਫੇਲ ਕਰ ਦਿੱਤੇ ਨੇ, ਜਿੱਥੇ ਸ਼ਾਹਦੌਰ ਜਾਂਦਾ ਸੀ 10,000 ਚ, ਉੱਥੇ ਰਕਸ਼ਾ 2,000 ਚ ਉੱਪਰ ਜਾਂਦਾ। ਇੰਜੇ ਜਨਾਬ ਇਹ ਟਰੈਕਟਰ ਵੀ ਜਿਹੜਾ ਨਾ ਜੀ, ਇਹ ਬਚਤ ਦਾ ਬਚਤ ਵਾਸ ਬਣਾਇਆ ਗਿਆ, ਹਰ ਜ਼ਿਮੀਂਦਾਰ ਵਾਸਤੇ ਬਚਤ ਹੈ। ਇਹਦੀ ਟੈਂਕੀ ਭਰੀ ਆਲਟੋ ਵਾਂਗਰ 4-5 ਦਿਨ ਨਹੀਂ ਮੁੱਕਣੀ। ਹਾਂ, ਬਾਕੀ ਕੰਮ ਤੇ ਹੁਣ ਨਹੀਂ ਕਰਨਾ ਜਿੰਨੀ ਦੀ ਸਿਹਤ ਹੈ। ਬਾਕੀ ਟੈਕਨੀਕਲ ਕੋਈ ਇੱਧਰ ਕੋਈ ਚੀਜ਼ ਹੈ ਕੋਈ ਦੱਸਣ ਵਾਲੀ? ਬਾਕੀ ਠੀਕ ਹੈ ਜੀ, ਜੋ ਵੀ ਹੈ ਉਹ ਚਾਲੀ ਵਾਲਾ ਹੀ ਲੱਗਾ ਵਾ ਸਾਰਾ। ਬਾਕੀ 40 ਹੈ ਜੀ। ਇਹਦੇ ਵਿੱਚ ਇਹ ਹੈ ਨਾ ਬਲਾਲ ਭਾਈ, ਦੇਖੋ ਨਾ ਜਿਹੜਾ ਛੋਟਾ ਜ਼ਿਮੀਂਦਾਰ ਵਾ, ਉਹ ਲੈਂਦਾ ਹੈਗਾ ਦੇਖੋ ਟੈਸਟ ਕੋਈ ਕਿਰਾਏ ਤੇ ਲੈਂਦਾ ਜੀ, ਉਹ ਰੂਟਾ ਵੇਟਰ ਦੇ ਬਾਰੇ ਕਿੰਨੇ ਪੈਸੇ ਲੈਂਦਾ? 3-4,000 ਰੁਪਏ ਉਹ ਵੀ ਲੈ ਜਾਂਦਾ ਜੀ, ਹਲਾਂ ਵਾਲਾ ਵੀ ਲੈ ਜਾਂਦਾ ਜੀ, ਠੀਕ ਹੈ ਜੀ। ਉਹ ਅੱਧੀ ਇੱਕ ਤੇ ਗਵਰਨਮੈਂਟ ਦੇ ਰੇਟ ਕੋਈ ਨਹੀਂ ਹੈਗੇ ਫਸਲਾਂ ਦੇ ਜੀ, ਠੀਕ ਹੈ ਜੀ। ਉਹ ਤੋਂ ਠੇਕੇ ਜ਼ਿਆਦਾ ਹੋ ਗਏ ਜੀ। ਇਹ ਵੀ ਛੋਟੇ ਜ਼ਿਮੀਂਦਾਰ ਵਾਸਤੇ ਠੀਕ, ਉਹ ਆਪਦਾ ਇਹਦੇ ਨਾਲ ਕੋਈ 5-10 ਕਿੱਲੇ ਦਾ 15 ਕਿੱਲੇ ਦਾ ਇਹਦਾ ਬੁੱਤਾ ਲੂਈ ਰੱਖੇਗਾ। ਬਾਕੀ ਬਾਗਾਂ ਦੇ ਵਿੱਚ ਜਿਹੜਾ ਹੈਗਾ ਵਾ, ਅਗਰ ਬਾਗ ਦੇ ਵਿੱਚ ਇਹਨੂੰ ਤੁਸੀਂ ਚਲਾਉਂਦੇ ਹੈਗੇ ਆ, ਇਹਦਾ ਸਾਈਜ਼ ਹੋ ਗਿਆ ਛੋਟਾ, ਸਾਰੀ ਤਰਫੇ ਦੇ ਸਾਈਜ਼ ਛੋਟੇ ਹੋ ਗਏ ਆ, ਠੀਕ ਹੈ ਜੀ। ਬਾਗ ਦੇ ਵਿੱਚ ਇਹ ਅੱਛੇ ਤਰੀਕੇ ਨਾਲ ਚੱਲੇਗਾ, ਕਿਉਂਕਿ ਬਾਗ ਦੇ ਵਿੱਚ ਤੁਸੀਂ ਆਪਦੀ ਫਸਲ ਵੀ ਕੋਈ ਜਿੱਦਾਂ ਬਸੀਨ ਵਗੈਰਾ ਲਗਾ ਲੈਂਦੇ ਆ, ਅਕਸਰ ਬਾਗ ਦੇਖਿਆ ਗਿਆ ਕਿ ਉਹ ਜ਼ਿਆਦਾ ਹੋਣ ਦੀ ਵਜ੍ਹਾ ਤੋਂ ਉਹਦੇ ਵਿੱਚ ਕੋਈ ਚੀਜ਼ ਨਹੀਂ ਚੱਲਦੀ, ਉਹ ਜ਼ਾਇਆ ਹੋ ਜਾਂਦੇ ਦੀ ਫਸਲ ਹਾਂਜੀ, ਉਹਦੇ ਵਿੱਚ ਇਹਨੂੰ ਖਾ ਸਕਦੇ ਆ। ਬਾਕੀ ਇਹਨੂੰ ਛੋਟੀ ਤੋਂ ਛੋਟੀ ਖੇਲ, ਇਹਦੀ ਐਡਜਸਟਮੈਂਟ ਹੁਣ ਫੁੱਲ ਬੰਦ ਪਈ ਰਹੀ ਇੱਥੇ। ਅਗਰ ਆਪਾਂ ਇਹਨੂੰ ਖਾਲਾਂ ਦੇ ਵਿੱਚ ਕੋਈ ਸਪਰੇ ਬੋਮ ਛੋਟਾ ਲਗਾ ਕੇ ਇਹਨੂੰ ਕਰਨਾ ਚਾਹੀਏ, ਇਹਦੀ ਆਪਾਂ ਸਮਰੀ ਜਿਹੜੀ ਇਹਨੂੰ ਖੋਲ ਸਕਦੇ, ਇਸੇ ਤਰ੍ਹਾਂ ਪਿਛਲੇ ਵੀਲਾਂ ਨੂੰ ਵੀ ਇਹਨਾਂ ਨੂੰ ਆਪਾਂ ਜਿਹੜਾ ਨਾ ਉਹਨੂੰ ਖੋਲ ਸਕਦੇ। ਇਹਦੀ ਗੈਲ ਵੱਡੀ ਛੋਟੀ ਹੋ ਸਕਦੀ? ਹਾਂਜੀ, ਉਹਦੇ ਵਿੱਚ ਆਪਾਂ ਇਹਨੂੰ ਐਡਜਸਟ ਕਰ ਸਕਦੇ। ਭਾਈ ਇੱਕ ਵੀ ਦੱਸੋ ਕਿ ਇਹਦਾ ਟਾਇਰ ਸਾਈਜ਼ ਅਗਲਾ ਪਿੱਛਾ ਕੀ ਹੈ? ਅਗਲਾ ਜਿਹੜਾ ਟਾਇਰ ਸਾਈਜ਼ ਜਿਹੜਾ ਹੈਗਾ ਵੀ ਜੀ, ਉਹ ਆਪਣਾ ਹੈਗਾ ਵਾ ਜੀ 240 ਦਾ ਕੀ ਹੈ? ਇਹਦਾ ਕੀ ਹੈ? ਇਹ ਹੈਗਾ ਜੀ 16 ਦਾ, 5-50-16 ਦਾ ਵਾ ਜੀ। 40 ਨੂੰ ਕਿਹੜਾ ਹੁੰਦਾ? 40 ਦਾ ਹੈਗਾ ਵਾ ਮੇਰਾ 6-50-16 ਦਾ। ਇੱਕ ਬ੍ਰਾਂਡ ਛੋਟਾ, ਇੱਕ ਨੰਬਰ ਦਾ ਫਰਕ ਹੈ ਜੀ। ਇਸੇ ਤਰ੍ਹਾਂ ਪਿਛਲਾ ਜਿਹੜਾ ਟਾਇਰ ਹੈ ਜੀ 12-4-24 ਦਾ ਜੀ, 12-4-24 ਦਾ, ਲੇਕਿਨ 4x4 ਵੀ 12-4-24 ਦਾ ਹੁੰਦਾ, ਲੇਕਿਨ ਉਹਦੇ ਨਾਲ ਇਹ ਸਾਈਜ਼ ਇਹਦਾ ਬੜਾ ਵਾ। ਉਹੀ ਗੁੱਡੀ ਦਾ ਫਰਕ ਹੈ। ਹਾਂਜੀ, ਨਹੀਂ ਸਾਈਜ਼ ਵੱਡਾ ਉਹਦਾ। ਸਰ ਉਹੀ ਸਾਈਜ਼, ਉਹੀ ਸਾਈਜ਼ ਹੈ, ਲੇਕਿਨ ਗੁੱਡੀ ਦਾ ਵੱਧ ਪਾਈ। ਕੀਮਤ ਦਾ ਕੀ ਫਰਕ ਹੈ ਮੈਸੀ ਨਾਲ? ਕਿੰਨਾ ਫਰਕ ਹੈ 240 ਨਾਲ? ਮੈਸੀ ਨਾਲ ਉਹ ਇਹਦਾ ਤਕਰੀਬਨ ਹੈ ਮੇਰਾ ਖਿਆਲ ਕੋਈ 3-3.5 ਲੱਖ ਦਾ ਫਰਕ ਹੋਏਗਾ। ਨਹੀਂ, ਥੋੜਾ ਜਿਹਾ 1.5 ਲੱਖ ਦਾ ਜੀ। 1 ਲੱਖ ਦਾ? 240 ਕਿੰਨੇ ਦਾ ਇਸ ਟਾਈਮ? 240 ਮੇਰਾ ਖਿਆਲ 1 ਲੱਖ ਤੇ ਕੁਝ ਹੈ। 1.5 ਲੱਖ 40 ਦਾ, 1.5 ਲੱਖ ਦਾ, ਇਹ ਕਿੰਨੇ ਦਾ? ਅੰਦਰ ਦਿਖਾਓ ਨਾ, ਅੰਦਰ ਇਹਨਾਂ ਨੇ ਕੀ ਲਾਇਆ? ਕੋਈ ਚੀਜ਼ਾਂ ਮੁਖਤਲਿਫ ਹੈ ਨੇ 40 ਨਾਲ?
उधर बंदे आके बंद करो यार संधु साहब कैमरा फड़ा कैमरा ਵਾਲਾ ਕੋਈ ਹਾਂ ਜੀ 65000 ਸਬਸਕ੍ਰਾਈਬਰ ਹੋ 8.5 9 ਹੈ ਦਾ ਚੋਰੀ ਸਾਹਿਬ ਹੈ ਤੂੰ ਹੁਣ ਮੇਰਾ ਚੌਧਰੀ ਮੇਰਾ ਚੌਧਰੀ ਅੱਜ ਮੈਂ ਜਸੀ ਕਹਾ ਗਿਆ ਚੌਰੀ ਸਾਹਿਬ ਯਾਰ ਯਾਰ ਹੈ ਕਿਨੇ ਰਾਤ ਨੂੰ ਪਹੁੰਚ ਜਾਏਗਾ ਚੋਰੀ ਸਾਹਿਬ ਤੁਸੀਂ ਤਾਂ ਵੇਖ ਲਓ ਇਹਦਾ ਰੋਡ ਅੱਛਾ ਜੀ ਕੌਣ ਹੈ ਇੱਕ ਮਿੰਟ ਲਾਉਣਾ ਇੱਕ ਮਿੰਟ ਸਰ ਬਹੁਤ ਸ਼ੁਕਰੀਆ ਜਨਾਬ ਕੈਮਰਾਮੈਨ ਭਰਾਵਾਂ ਦਾ ਵੀ ਇਹਨਾਂ ਨੂੰ ਮਿਲ ਲਈਏ ਫੋਨ ਉਸ ਤੋਂ ਬਾਅਦ ਫਿਰ ਰਿਵਿਊ ਹੋ ਰਿਹਾ ਸੀ ਮਾਦਰ ਤੁਹਾਡਾ ਰਿਵਿਊ ਸਾਰੇ ਦੋਸਤਾਂ ਦਾ ਖਰਾਬ ਹੋ ਗਿਆ ਜਨਾਬ ਆਪਣਾ ਪਾਕਿਸਤਾਨ